कर ले यार। चलो कर लांगे तो कोई चक्कर नहीं है। ले आसान वैसे भी नहीं जाना थे असल में कम शाम टाइम में दोपहर पे। यार तो फिर उठे अभी ना उन लाल को तो जाओ तो सोना जाग जी पीला कांड रो जाएंगे। चलो उन्होंने फोन करके फिर रात शायद टाइम ना बना देना। टाइम बना यार कितना टाइम बना वापस भेज चल गए तू। ਮੈਂ ਜੀ ਵਿੱਚ ਆਇਆ ਜਾਣਾ ਵਾ ਕਦੀ ਤੈਨੂੰ ਨਹੀਂ ਯਾਦ ਰਹਿੰਦਾ ਕਦੀ ਮੈਨੂੰ ਨਹੀਂ ਰਹਿੰਦਾ ਕਦੀ ਤੂੰ ਅੱਜ ਕਦੀ ਮੈਂ ਜੀ ਐਂ ਜੀ ਨਾ ਫਿਰ ਵਾ ਹੁਣ ਤਾਂ ਚਲੋ ਇਕੱਠੇ ਆਏ ਆ ਤੂੰ ਗੱਡੀ ਤੇ ਮੇਰੀ ਤੇ ਟੁੱਟ ਜਾਂਦੇ ਆ ਭਾਈ ਹੈ ਹੁਣ ਮਹਿੰਗਾਈ ਹੋਈ ਹੈ ਨਾ ਇੱਥੇ ਮਕਾਨ ਵੀ ਬਹੁਤ ਬਹੁਤ ਮਹਿੰਗੇ ਹੋ ਰਹੇ ਨੇ ਜਿਹੜੇ ਮਕਾਨ ਪਹਿਲਾਂ 3-3 ਲੱਖ ਦਾ ਸੀ ਨਾ ਹੁਣ 5-5 ਲੱਖ ਦਾ ਹੋ ਗਿਆ ਬੜੇ ਰੇਟ ਚੜ ਗਏ ਤਾਂ ਖਰੀ ਹੁਣ ਸਮਝ ਲਓ ਦੂਜੇ ਹੋਰ ਮਜ਼ੀਦ ਨਹੀਂ ਖਰੀਦ ਸਕਦੇ ਕੰਮ ਉਹਦਾ ਪਤਾ ਅੱਖ ਹੋ ਗਿਆ ਕਿਰਾਏ ਸ਼ਰਾ ਵੀ ਚੜਨੇ ਤਾਂ ਹਰ ਸ਼ਾਇ ਚੜਨੇ ਉਹਦੇ ਕੋਲ ਇੱਕ ਬੰਦਾ 2000 ਰੁਪਏ ਸੈਲਰੀ ਉਹਦੀ ਉਹਦੀ ਫੈਮਿਲੀ ਤੇ 1000 ਰੁਪਏ ਕਿਰਾਇਆ ਦੇਗਾ ਮਾਮੂ ਦੇ ਤੇ ਤੁਹਾਨੂੰ ਬਿਹਤਰੀ ਮਕਾਨ ਲੈ ਲੈ ਲੇਕਿਨ ਉਹ ਕਹਿੰਦੇ ਨੇ ਅਸੀਂ ਕਿੱਥੋਂ ਤਾਰਾਂਗੇ ਮਕਾਨ ਲੈਣਾ ਤੇ ਬਾਬਾ ਜੀ ਤੁਸੀਂ ਕੰਮ ਤੇ ਲੱਗ ਕੇ ਮਕਾਨ ਲੈਣਾ ਨਾ ਕਿਸੇ ਦੇ ਸਿਰ ਤੇ ਤੁਹਾਨੂੰ ਪਤਾ ਥੋੜਾ ਮੇਰਾ ਕਿਸ ਟਾਈਮ ਕੀ ਹੋ ਜਾਣਾ ਹਾਂਜੀ ਉਹ ਤੋਂ ਤੁਸੀਂ 24 ਘੰਟੇ ਟੈਨਸ਼ਨ 'ਚ ਰਹਿਣਾ ਟੈਨਸ਼ਨ 'ਚ ਰਹਿਣਾ ਸਟ੍ਰੈਸ ਡਿਪਰੈਸ਼ਨ 'ਚ ਰਹਿਣਾ ਤੁਸੀਂ ਜਦੋਂ ਇੱਥੇ ਮਾਲਕਾਂ ਨੂੰ ਜਾਂ ਤੁਹਾਡੇ ਮੇਤਾਰ ਬੈਡ ਨੂੰ ਪਾ ਲੱਗ ਜੇ ਵੀ ਬੰਦਾ ਇੰਨਾ ਵੱਧ ਰੱਖੇ ਉਹ ਤੁਹਾਨੂੰ ਜਿਹੜਾ ਨਾਮ ਕਰਦੇ ਜਿਹੜਾ ਨਾਮ ਕਰਦੇ ਇਹ ਨਹੀਂ ਚਾਹੁੰਦੇ ਵੀ ਹਰ ਬੰਦਾ ਤੁਹਾਡੇ ਕੋਲ ਰਹਿ ਗਏ ਇਹਨਾਂ ਦੇ ਸਾਹਮਣੇ ਭੁੱਖੇ ਨੰਗੇ ਰਹੋਣਾ ਤਾਂ ਠੀਕ ਰਹਿੰਦੇ ਹੋ ਆਹੋ ਕਹਿੰਦੇ ਯਾਰ ਯਾਰ ਮਸਕੀਨ ਹੈ ਜਦੋਂ ਇਹਨਾਂ ਨੇ ਪਾਰ ਲੱਗ ਜਾਣਾ ਵੀ ਬਸ ਇਹ ਤੇ ਬੜਾ ਕੰਮ ਸਿਸਟਮ ਠੀਕ ਹੈ ਦਾ ਆਹੋ ਉਹ ਜਲਸ ਹੁੰਦੇ ਆਹੋ ਯਾਰਸ ਕਰਦੇ ਸਾਹਮਣੇ ਸ਼ੋਅ ਨਹੀਂ ਕਰਦੇ ਲੇਕਿਨ ਉਂਗਲੀਆਂ ਦੀ ਨਜ਼ਰ ਆਂਦੇ ਨੇ ਆਹੋ ਪਿੱਛੇ ਇੱਕ ਸਾਈਡ ਤੋਂ ਗੱਲਾਂ ਕਰਦੇ ਆਹੋ ਸਾਈਡ ਤੇ ਅੰਦਰ ਦਫ਼ਤਰ ਚ ਦਾਏ ਬਾਏ ਇਹਨਾਂ ਦਾ ਤਰੀਕਾ ਕਾਰ ਹੋ ਰਹਿਣਾ ਦਾ ਸਾਡਾ ਹੋ ਰਹਿਣਾ ਸਾਡਾ ਹੋ ਰਿਹਾ ਸੀ ਮੂੰਹ ਤੇ ਪੜਕਾ ਛੱਡਦੇ ਆ ਇਹ ਰੱਖ ਸਾਈਡ ਤੇ ਓਕੇ ਇਹ ਜਿਹੜੇ ਅੰਦਰੋਂ ਅੰਦਰ ਤੇਰੇ ਸਾਹਮਣੇ ਤੇਰੇ ਸਾਹਮਣੇ ਬੜੀ ਤੂੰ ਐਨ ਲੱਗਾ ਡੇ ਚੰਗੇ ਲੋਕ ਯਾਰ ਓਏ ਹੋਏ ਹੋਏ ਮਤਲਬ ਪਤਾ ਨਹੀਂ ਆਇਆ ਵੀ ਵਿੱਚ ਮੀਟਿੰਗ ਕੀ ਕਰਕੇ ਆਏ ਨੇ ਹਾਂਜੀ ਇਸ ਤਰ੍ਹਾਂ ਹੀ ਗੱਲ ਜਦੋਂ ਰੋਣੇ ਨਾਲ ਨਾਲ ਫੇਰ ਪਾ ਚੱਲਣਾ ਦਾ ਕੀ ਹਿਸਾਬ ਤਾ ਆ ਆ ਹੁਣ ਮੈਂ ਜਿੱਥੇ ਕੰਮ ਕਰਨਾ ਉੱਥੇ ਵੀ ਆਹੀ ਹਾਲ ਸੀ ਕੰਮ ਜਦੋਂ ਇਕੱਠਿਆਂ ਕਰਦੇ ਆ ਬਹੁਤ ਹੀ ਇੰਨਾ ਮਜ਼ਾਕ ਤੇ ਜਨਾਬ ਇਹ ਤੇ ਉਹ ਤੇ ਕੋਈ ਨਾ ਕੋਈ ਨਾ ਰੋਜ਼ ਕਹਾਣੀ ਅੰਦਰ ਗੋਲੀ ਹੁੰਦੀ ਦਫ਼ਤਰ 'ਚ